ਰਿਸਪੈਕਟਫੁਲ ਜੀ ਆਇਆਂ ਨੂੰ ਕਹਿੰਦੇ ਅਸੀਂ, ਔਰ ਇਹ ਕਰਮਚਾਰੀ ਦਰਜਾ 4 ਦੇ ਪ੍ਰਧਾਨ ਨੇ, ਔਰ ਇਹ ਸਾਨੂੰ ਔਰ ਕਾਂਗਰਸ ਪਾਰਟੀ ਨੂੰ ਪਸੰਦ ਕਰਕੇ ਜਦੋਂ ਜ਼ਿਆਦਾ ਲੋੜ ਹੈ ਅੱਜ ਇਲੈਕਸ਼ਨ ਦੇ ਵਿੱਚ, ਜਿਵੇਂ ਤੁਸੀਂ ਮੈਦਾਨੇ ਜੰਗ 'ਚ ਜਿਹੜਾ ਬੰਦਾ ਸਾਥ ਦਿੰਦਾ ਉਹ ਹਮੇਸ਼ਾ ਯਾਦ ਰਹਿੰਦਾ, ਔਰ ਇਹ ਸਾਡੇ ਨਾਲ ਆਏ ਨੇ। ਮਹਾਰਾਣੀ ਸਾਹਿਬ ਦੀ ਇਲੈਕਸ਼ਨ ਹੈ ਕਾਂਗਰਸ ਪਾਰਟੀ ਦੀ, ਇਹਨਾਂ ਨੂੰ ਜੀ ਆਇਆ ਆਪਣੇ ਵੱਲੋਂ, ਆਪਣੇ ਸਾਥੀਆਂ ਵੱਲੋਂ, ਸਾਰਿਆਂ ਵੱਲੋਂ ਜੀ ਆਇਆ ਕਹਿੰਦਾ ਹਾਂ, ਔਰ ਉਹਨਾਂ ਨੂੰ ਵਿਸ਼ਵਾਸ ਵੀ ਦਵਾਉਂਦਾ ਹਾਂ ਕਿ ਤੁਹਾਨੂੰ ਕਦੇ ਮਹਿਸੂਸ ਨਹੀਂ ਹੋਏਗਾ ਕਿ ਤੁਸੀਂ ਕਿਸੇ ਹੋਰ ਦਲ ਤੋਂ ਛੱਡ ਕੇ ਹੋਰ ਦਲ 'ਚੋਂ, ਤੁਹਾਨੂੰ ਇਹ ਮਹਿਸੂਸ ਹੋਏਗਾ ਕਿ ਪਹਿਲਾਂ ਮੈਂ ਕਿੱਥੇ ਸੀ ਔਰ ਹੁਣ ਮੈਂ ਅੱਛੀ ਜਗ੍ਹਾ ਆਇਆ ਹਾਂ। ਤੁਹਾਡੇ ਜਿੰਨੀ ਤੁਹਾਡੇ ਦਾਇਰੇ ਦੇ ਕੰਮ ਕਾਰ ਨੇ, ਜੋ ਤੁਹਾਡਾ ਬਣਦਾ ਹੱਕ ਆ ਉਹ ਤੁਹਾਨੂੰ ਜ਼ਰੂਰ ਮਿਲੇਗਾ, ਮੈਂ ਤੁਹਾਨੂੰ ਵਿਸ਼ਵਾਸ ਦਿੰਦਾ। ਦੇਖੋ ਇਹ ਸੁਭਾਵਿਕ ਹੈ, ਜਿਹੜੀਆਂ ਜਿੱਤਣ ਵਾਲੀਆਂ ਸੀਟਾਂ ਹੁੰਦੀਆਂ ਨੇ ਨਾ, ਜਿੱਥੇ ਪਤਾ ਇਹ ਪਹਿਲੀ ਵਾਰੀ ਹੋਇਆ, ਜਾਂ ਤਾਂ 1971 'ਚ ਜਦੋਂ ਇੰਦਰਾ ਜੀ ਨੇ ਬੰਗਲਾਦੇਸ਼ ਆਜ਼ਾਦ ਕਰਵਾਇਆ ਸੀ ਉਦੋਂ ਇਲੈਕਸ਼ਨ ਹੋਈ ਸੀ, ਕਾਂਗਰਸ ਪਾਰਟੀ ਨੇ ਪੰਜਾਬ 'ਚੋਂ 60% ਸੀਟਾਂ ਜਿੱਤੀਆਂ ਸੀ। ਨਵਾਂ ਪੰਜਾਬ ਪਾਰਟੀ ਦੇ ਉਹਨਾਂ ਦਾ ਵੀ ਚਰਚਾਵਾਂ ਦੇ ਵਿੱਚ ਕਾਫੀ ਉਹ ਫੰਡ ਇਕੱਠਾ ਕਰ ਰਹੇ ਨੇ ਘਰ ਘਰ ਜਾ ਕੇ, ਉਹਨਾਂ ਦਾ ਕਹਿਣਾ ਸੀ ਅਸੀਂ। ਦੇਖੋ ਮੈਨੂੰ ਨਹੀਂ ਪਤਾ, ਹਰ ਕੋਈ ਆਪਣੀ ਆਸ ਲੈ ਕੇ ਚੱਲਦਾ ਕਿ ਮੈਂ ਜਿੱਤਣਾ, ਪਰ ਮੈਂ ਇਹ ਕਹਿਣਾ ਚਾਹੁੰਦਾ ਉਹ ਮਾਂ ਮਰ ਗਈ ਕਹਿੰਦਾ ਜਿਹੜੀ ਦਹੀਂ ਨਾਲ ਟੁੱਕ ਦਿਆ ਕਰਦੀ, ਉਹ ਇਮੋਸ਼ਨਲ ਟੱਚ ਸੀ। 10 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਸੀ ਔਰ ਅਕਾਲੀ ਦਲ ਨੇ ਇੱਥੇ ਲੁੱਟ ਮਚਾਈ ਹੋਈ ਸੀ, ਉਦੋਂ ਇਮੋਸ਼ਨਲ ਦਿੱਲੀ ਦਾ ਟੱਚ ਸੀ, ਉਹ ਗੱਲ ਖਤਮ ਹੋ ਚੁੱਕਿਆ। ਇਹ ਸੈਂਕੜਿਆਂ 'ਚ ਰਹਿਣਾ ਕੰਮ, ਅਗਰ ਜੇ ਹਜ਼ਾਰਾਂ 'ਚ ਆ ਜਾਏ ਮੈਨੂੰ ਆ ਕੇ ਫੜ ਲਿਓ।